ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ, ਲਾਈਵ ਕਵਰੇਜ ਲਈ ਸੰਪਰਕ ਕਰੋ। ਸਿਵਲ ਸਰਜਨ ਜਲੰਧਰ ਡਾਕਟਰ ਗੁਰਿੰਦਰ ਚਾਵਲਾ ਅਤੇ ਜ਼ਿਲ੍ਹਾ ਡੈਂਟਲ ਹੈਲਥ ਅਫਸਰ ਡਾਕਟਰ ਸਤਿੰਦਰ ਪਵਾਰ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਸਿਵਲ ਹਸਪਤਾਲ ਬੜਾ ਪਿੰਡ ਵਿਖੇ 32ਵਾਂ ਦੰਦਾਂ ਦਾ 15ਵਾੜਾ 16 ਨਵੰਬਰ ਤੋਂ ਲੈ ਕੇ 30 ਨਵੰਬਰ ਤੱਕ ਚੱਲੇਗਾ। ਇਸ ਸੰਬੰਧੀ ਇੱਕ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਸਾਂਝੀ ਕਰਦਿਆਂ SMO ਡਾਕਟਰ GSKE ਡੈਂਟਲ ਮੈਡੀਕਲ ਅਫਸਰ ਡਾਕਟਰ ਅਵਿਨਾਸ਼ ਮੰਗੋਤਰਾ ਅਤੇ ਸਾਬਕਾ ਸਰਪੰਚ ਜੀਵਨ ਕੁਮਾਰ ਨੇ ਦੱਸਿਆ ਕਿ ਦੰਦਾਂ ਦੇ ਇਸ 15ਵਾੜੇ ਦੌਰਾਨ ਜਿੱਥੇ ਲੋਕਾਂ ਨੂੰ ਦੰਦਾਂ ਦੀਆਂ ਬਿਮਾਰੀਆਂ ਸੰਬੰਧੀ ਜਾਗਰੂਕ ਕੀਤਾ ਜਾਵੇਗਾ, ਉੱਥੇ ਹੀ ਦੰਦਾਂ ਦੀਆਂ ਬਿਮਾਰੀਆਂ ਦਾ ਇਲਾਜ ਮੁਫ਼ਤ ਕੀਤਾ ਜਾਵੇਗਾ। ਉਹਨਾਂ ਨੇ ਦੱਸਿਆ ਕਿ 15ਵਾੜੇ ਦੌਰਾਨ ਲੋੜਵੰਦ ਮਰੀਜ਼ਾਂ ਨੂੰ ਦੰਦਾਂ ਦੇ ਨਕਲੀ ਜਵਾੜੇ ਬਿਲਕੁਲ ਮੁਫ਼ਤ ਲਗਾਏ ਜਾਣਗੇ ਅਤੇ ਸਕੂਲਾਂ ਵਿੱਚ ਜਾ ਕੇ ਬੱਚਿਆਂ ਨੂੰ ਦੰਦਾਂ ਦੀਆਂ ਬਿਮਾਰੀਆਂ ਅਤੇ ਦੰਦਾਂ ਦੀ ਸਾਂਭ ਸੰਭਾਲ ਸੰਬੰਧੀ ਜਾਣੂ ਕਰਵਾਇਆ ਜਾਵੇਗਾ। ਉਹਨਾਂ ਨੇ ਇਲਾਕੇ ਭਰ ਦੇ ਲੋਕਾਂ ਨੂੰ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ। ਇਸ ਮੌਕੇ SMO ਡਾਕਟਰ GSKE ਡੈਂਟਲ ਮੈਡੀਕਲ ਅਫਸਰ ਡਾਕਟਰ ਅਵਿਨਾਸ਼ ਮੰਗੋਤਰਾ, ਸਾਬਕਾ ਸਰਪੰਚ ਜੀਵਨ ਕੁਮਾਰ, ਸਾਬਕਾ ਪੰਚ ਮੱਖਣ ਸਿੰਘ, ਕੇਵਲ ਸਿੰਘ ਪਟਵਾਰੀ, ਜੋਗਿੰਦਰ ਸਿੰਘ ਨੰਬਰਦਾਰ, ਪੰਚ ਅਨੁਸੂਦ, ਪੰਚ ਸੀਮਾ, ਪੰਚ ਸੁਨੀਤਾ, ਪੰਚ ਰਾਮ ਗੋਪਾਲ ਪ੍ਰਭਾਕਰ, ਪੰਚ ਰਾਜੀਵ ਤੋਂ ਇਲਾਵਾ ਪਿੰਡ ਦੇ ਪਤਵੰਤੇ ਵਿਅਕਤੀ ਹਾਜ਼ਰ ਸਨ। ਦਿਸ਼ਾ ਨਿਰਦੇਸ਼ਾਂ ਅਨੁਸਾਰ ਸਾਲ ਦੇ ਵਿੱਚ 2 ਵਾਰੀ ਪੰਦਰਵਾੜਾ ਮਨਾਇਆ ਜਾਂਦਾ ਹੈ। 32ਵਾਂ ਦੰਦਾਂ ਦਾ ਪੰਦਰਵਾੜਾ 16 ਨਵੰਬਰ ਤੋਂ ਇਸ ਮਹੀਨੇ ਲਗਾਇਆ ਜਾ ਰਿਹਾ ਹੈਗਾ। ਇਹ ਪੰਦਰਵਾੜਾ 15 ਦਿਨ ਤੱਕ ਚੱਲੇਗਾ, ਜਿਸ ਦੇ ਵਿੱਚ ਦੰਦਾਂ ਦੀ ਬਿਮਾਰੀਆਂ ਬਾਰੇ ਐਜੂਕੇਸ਼ਨ, ਦੰਦਾਂ ਨਵੇਂ ਜਿਹੜੇ ਹੈਗੇ ਆ, ਦੰਦ ਲਗਾਉਣ ਦਾ ਪ੍ਰਬੰਧ ਬਿਲਕੁਲ ਫ੍ਰੀ ਕੀਤਾ ਜਾਵੇਗਾ। ਮੈਂ ਇਲਾਕਾ ਨਿਵਾਸੀਆਂ ਨੂੰ ਅਪੀਲ ਕਰਦਾ ਹੈਗਾ ਕਿ ਵੱਧ ਤੋਂ ਵੱਧ ਇਸ ਕੈਂਪ ਦਾ ਜਿਹੜਾ ਹੈਗਾ ਫਾਇਦਾ ਉਠਾਉਣ, ਜਿੱਥੇ ਕਿ ਬਾਹਰ ਪ੍ਰਾਈਵੇਟ ਵਿੱਚ ਤਕਰੀਬਨ 10-15 ਹਜ਼ਾਰ ਲੱਗ ਜਾਂਦੇ ਆ ਨਵੇਂ ਦੰਦ ਲਗਾਉਣ ਵਾਸਤੇ, ਇੱਥੇ ਬਿਲਕੁਲ ਪੰਜਾਬ ਸਰਕਾਰ ਵੱਲੋਂ ਇਹ ਸਹੂਲਤ ਜਿਹੜੀ ਹੈਗੀ ਹੈ ਬਿਲਕੁਲ ਫ੍ਰੀ ਦਿੱਤੀ ਜਾ ਰਹੀ ਹੈਗੀ ਹੈ। OPD ਦੀ ਪਰਚੀ ਵੀ, ਦਵਾਈਆਂ ਸਭ ਕੁਝ ਫ੍ਰੀ ਹੈਗੀਆਂ, ਅਤੇ ਸਾਨੂੰ ਜਿਹੜਾ ਟਾਰਗੇਟ ਜਿਹੜਾ ਹੈਗਾ ਦਿੱਤਾ ਗਿਆ, ਅਸੀਂ ਕੋਸ਼ਿਸ਼ ਕਰਾਂਗੇ ਕਿ ਵੱਧ ਤੋਂ ਵੱਧ ਜਿਹੜੇ ਹੈਗੇ ਆ ਉਹ ਲੋਕਾਂ ਨੂੰ ਇਹਦਾ ਫਾਇਦਾ ਉਠਾ ਸਕੇ। ਬੜਾ ਪਿੰਡ ਦੀ ਪੰਚਾਇਤ, ਸਮੂਹ, ਪੰਚ, ਸਰਪੰਚ ਅਤੇ ਹੋਰ ਪਤਵੰਤੇ ਸੱਜਣਾਂ ਨੇ ਇਸ ਕੈਂਪ ਵਾਸਤੇ ਦਿਲ ਖੋਲ੍ਹ ਕੇ ਦਾਨ ਕੀਤਾ ਹੈ, ਜਿਸ ਤਰ੍ਹਾਂ ਕਿ ਉਹ ਹਰ ਵਾਰੀ ਕਰਦੇ ਆਏ ਨੇ। ਅਤੇ ਮੈਂ ਇਸ ਕੈਂਪ ਦੇ ਵਿੱਚ ਜਿਹੜੇ ਡਾਕਟਰ ਸਾਹਿਬ ਕੰਮ ਕਰ ਰਹੇ ਨੇ ਇੱਥੇ ਬੜਾ ਪਿੰਡ ਤੋਂ, ਡਾਕਟਰ ਅਵਿਨਾਸ਼ ਮੰਗੋਤਰਾ, ਡਾਕਟਰ ਕੁਲਦੀਪ ਰਾਏ ਫਿਲੌਰ ਤੋਂ ਅਤੇ ਡਾਕਟਰ ਮਨਪ੍ਰੀਤ ਸ਼ਾਹਕੋਟ ਤੋਂ, 3 ਡਾਕਟਰਾਂ ਦੀ ਟੀਮ ਜਿਹੜੀ ਹੈਗੀ ਹੈ ਪੰਦਰਵਾੜਾ ਜਿਹੜਾ ਹੈਗਾ ਉਹ ਚਲਾਏਗੀ। ਇਸ ਦੇ ਇਲਾਵਾ ਆਪਾਂ ਸਕੂਲਾਂ ਦੇ ਵਿੱਚ ਪੋਸਟਰ ਕੰਪੀਟੀਸ਼ਨ ਕਰਾਂਗੇ, ਹੈਲਥ ਐਜੂਕੇਸ਼ਨ ਦੇਵਾਂਗੇ, ਪ੍ਰੈਗਨੈਂਟ ਵੂਮੈਨਸ ਜਿਹੜੀਆਂ ਹੈਗੀਆਂ ਉਹਨਾਂ ਨੂੰ ਦੰਦਾਂ ਦੇ ਸੰਭਾਲ ਵਾਲੇ ਪ੍ਰੈਗਨੈਂਸੀ ਦੇ ਵਿੱਚ ਉਹਦੇ ਬਾਰੇ ਲੈਕਚਰ ਦਿੱਤਾ ਜਾਏਗਾ। ਅਤੇ ਮੈਂ ਉਮੀਦ ਕਰਦਾ ਹੈਗਾ ਕਿ ਵੱਧ ਚੜ੍ਹ ਕੇ ਇਲਾਕਾ ਨਿਵਾਸੀ ਇਹਦਾ ਫਾਇਦਾ ਉਠਾਉਣਗੇ। ਧੰਨਵਾਦ।